ਜੇਕਰ ਤੁਹਾਡਾ ਕੋਈ ਕਰੀਬੀ 10ਵੀਂ ਫੇਲ ਅਤੇ ਬੇਰੁਜ਼ਗਾਰ ਹੈ ਤਾਂ ਉਹ ਆਸਾਨੀ ਨਾਲ ਇਨਕਮ ਟੈਕਸ ਅਧਿਕਾਰੀ ਬਣ ਸਕਦਾ ਹੈ। ਜੀ ਹਾਂ, ਇਹੋ ਦਾਅਵਾ ਕਰਕੇ ਆਮ ਲੋਕਾਂ ਨਾਲ ਠੱਗੀ ਕਰਨ ਵਾਲਾ ਇੱਕ ਵਿਅਕਤੀ ਮੋਗਾ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਦੋਸ਼ੀ ਸਿਰਫ 30,000 ਰੁਪਏ ਵਿੱਚ 10ਵੀਂ ਅਤੇ 12ਵੀਂ ਦਾ ਸਰਟੀਫਿਕੇਟ ਬਣਾ ਦਿੰਦਾ ਸੀ ਅਤੇ ਫਿਰ ਪੀੜਤ ਨੂੰ ਨੌਕਰੀ ਦਾ ਝਾਂਸਾ ਦੇ ਕੇ ਇਸ ਠੱਗ ਨੇ 10 ਲੱਖ ਰੁਪਏ ਲਏ। ਇੱਥੋਂ ਤੱਕ ਕਿ ਦੋਸ਼ੀ ਨੇ ਨਕਲੀ ਆਈਡੀ ਪਰੂਫ ਅਤੇ ਜੁਆਇਨਿੰਗ ਲੈਟਰ ਵੀ ਬਣਾ ਦਿੱਤੇ, ਪਰ ਇਸ ਬਾਰੇ ਜਦੋਂ ਪੀੜਤ ਨੇ ਜਾਂਚ ਕਰਵਾਈ ਤਾਂ ਸਭ ਕੁਝ ਸਾਫ਼ ਹੋ ਗਿਆ। ਸਾਡੀ ਦੁਕਾਨ 'ਤੇ ਆਉਂਦਾ 2016 ਦੇ 5ਵੇਂ ਮਹੀਨੇ ਸਾਡੀ ਦੁਕਾਨ 'ਤੇ ਆਇਆ ਸੀਗਾ। ਮੈਂ ਅਤੇ ਮੇਰੇ ਘਰ ਦੇ ਮੇਰਾ ਮੁੰਡਾ ਦੁਕਾਨ 'ਤੇ ਬਹਿੰਦੇ ਸੁਸ਼ਾਂਤ, ਉਹਨੇ ਕਿਤੇ ਸੁਣ ਲਿਆ ਵੀ ਇਹ ਪੇਪਰਾਂ ਦੀ ਗੱਲ ਕਰਦੇ ਪਏ ਮੁੰਡੇ ਦੀ ਪੜ੍ਹਾਈ ਬਾਰੇ। ਉਹ ਕਹਿੰਦਾ ਛੱਡੋ ਜੀ ਕਿਰਪਾਲ, ਮੈਂ ਤੁਹਾਨੂੰ ਪੇਪਰ ਬਣਾ ਸਰਟੀਫਿਕੇਟ ਬਣਾ ਦਿੰਦਾ ਵਾ, ਜਦੋਂ ਮੇਰੀ ਚੈੱਕ ਕਰਾ ਲਓ ਔਨਲਾਈਨ ਸਭ ਕੁਛ ਸੈੱਟ ਮਿਲੂਗਾ ਬਿਲਕੁਲ। ਅਸੀਂ ਕਿਹਾ ਚੱਲ ਠੀਕ ਆ ਬਈ, ਸਰਟੀਫਿਕੇਟ ਬਣਾ ਲਈ ਮੁੰਡਾ, ਪੇਪਰ ਦੂੰਗਾ, ਗੱਲ ਫੇਲ ਨਾ ਕਿਤੇ ਹੋ ਜਾਵੇ। ਤੇ ਹੁਣ ਸਰਟੀਫਿਕੇਟ ਬਣਾ ਕੇ ਸਾਨੂੰ 30,000 ਸਾਡੇ ਕੋਲ ਲੈ ਲਿਆ। ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਆ ਗਿਆ, ਕਹਿੰਦਾ ਮੇਰਾ ਨਾ ਜੀਜਾ ਹੈਗਾ ਇਨਕਮ ਟੈਕਸ ਡਿਪਾਰਟਮੈਂਟ 'ਚ, ਇੰਸਪੈਕਟਰ ਆ ਵੱਡਾ ਸਾਰਾ, ਉਸ ਨੂੰ ਨੌਕਰੀ ਲਵਾ ਦੇਣੀ ਕਲਰਕ ਦੀ, 18 ਲੱਖ ਸਾਡੇ ਨਾਲ ਗੱਲ ਹੋ ਗਈ। ਮੈਂ ਕਿਹਾ ਨਿੱਕਾ ਜਿਹਾ ਮੁੰਡਾ, ਉਮਰ ਛੋਟੀ ਜੀ, ਅਗਰ ਨਹੀਂ ਉਮਰ ਵੀ ਵਧਾ ਦਾਂਗੇ, ਸਭ ਕੁਝ ਕਰ ਦਾਂਗੇ, ਓਕੇ ਤੁਸੀਂ ਬੇਫਿਕਰ ਹੋ, ਮੈਂ ਸਾਰਾ ਸਮਝ ਬੇਫਿਕਰ ਹੋ ਸਾਰਾ। ਵੀ ਮੈਂ ਕਿਹਾ ਇੰਨੇ ਤਾਂ ਇਕੱਠੇ ਦੇ ਪੈਸੇ ਦੇ ਸਕਦੇ ਗੇ, ਮੈਂ ਕਿਹਾ ਹੌਲੀ ਕਰਕੇ ਦੇ ਸਕਾਂਗੇ। ਫਿਰ ਇਹ 2 ਲੱਖ ਰੁਪਇਆ ਦਿੱਤਾ ਉਹਨੂੰ। ਉਸ ਤੋਂ ਬਾਅਦ ਮਹੀਨੇ ਕੁ ਫਿਰ ਆ ਗਿਆ, ਕਹਿੰਦਾ ਮੈਂ ਹੁਣ ਇੰਸਪੈਕਟਰ ਸਾਹਿਬ ਦੀ ਨੌਕਰੀ ਲਊਂਗਾ, 38 ਲੱਖ ਦਾ ਖਰਚਾ ਵਾ, ਅਤੇ ਮੈਂ ਕਿਹਾ ਵੀ ਪੈਸੇ ਦੇਵਾਂਗੇ ਆਰਾਮ ਨਾਲ ਇਕੱਠੇ ਦੇ, ਕਹਿੰਦਾ ਚੱਲ ਠੀਕ ਆ ਆਰਾਮ ਨਾਲ ਉਹਦਾ ਦੇ। ਉਸ ਤੋਂ ਬਾਅਦ ਮੈਂ ਕਾਗਜ਼ ਆਉਣ ਲੱਗ ਪਏ ਲੈਟਰ ਆਈ ਨੌਕਰੀ ਦੀ, ਆ ਦੇਖੋ ਜੀ ਇੰਸਪੈਕਟਰ ਸਾਹਿਬ ਜੀ 1 ਲੱਖ ਨੇ ਤਨਖਾਹ ਹੋਈ ਤਾਂ ਹਿੱਲ ਗਏ। ਮੈਂ ਕਿਹਾ ਮੁੰਡਾ ਪੱਕਾ ਹੋ ਜਾਊਗਾ ਵਧੀਆ। ਜੀ ਜੀ, ਐਸਾ ਹੈ ਕਿ ਇੱਕ ਕਿਰਪਾਲ ਸਿੰਘ ਹੈਗਾ, ਸਨ ਆਫ ਚਰਨ ਦਾਸ, ਵਾਸੀ ਮੱਲਾ ਪ੍ਰੀਤ ਨਗਰ। ਇਹ ਬੰਦਾ ਵਧਾਈ ਸੀ, ਇਹਨੇ ਇੱਕ ਦਰਖਾਸਤ ਕਰੀ ਸੀ, ਜਿਸ ਦੀ ਦਰਖਾਸਤ ਦੀ ਪੜਤਾਲ DSP ਸਰਦਾਰ ਕੇਸਰ ਸਿੰਘ ਸਿਟੀ ਵੱਲੋਂ ਕੀਤੀ ਗਈ, ਜਿਨ੍ਹਾਂ ਦੀ ਪੜਤਾਲ ਤੋਂ ਬਾਅਦ ਇਹ ਮੁਕੱਦਮਾ ਨੰਬਰ ਐਸੇ 90/18 ਮਿਤੀ 20/4 ਯਾਰਤਾਰਾ 420/465/77 ਚੀ ਜਿਹੜਾ ਇਹ ਕਾਇਮ ਕੀਤਾ। ਔਰ ਇਸਕੀ ਜਿਹੜੀ ਤਫਤੀਸ਼ ਹੈ ASI ਅਮਰੀਕ ਸਿੰਘ ਕਰ ਰਹੇ ਹੈ। ਇਸਕੋ ਆਜ ਅਨਿਲ ਕੁਮਾਰ ਜੋ ਮੁਕੱਦਮੇ ਕਾ ਦੋਸ਼ੀ ਹੈ, ਅਨਿਲ ਗੋਇਲ ਸਨ ਆਫ ਪ੍ਰੇਮ ਕੁਮਾਰ ਗੋਇਲ ਵਾਸੀ ਜੇ ਤੋ ਰਹਿਣੇ ਵਾਲਾ ਤੋ ਬਾਹਰ ਕਾ ਅਦਰ ਸਟੇਟ ਕਾ, ਲੇਕਿਨ ਯਹਾਂ ਕਿਰਾਏ ਪੇ ਰਹਿਤਾ ਹੈ, ਯਹਾਂ ਕੇ ਆਪਣੇ ਦੁਕਾਨ ਕਿਰਾਏ ਪੇ ਰਹਿ ਰਹੇ ਮੌਕਾ ਮਿਲ ਰਹੇ।